ਸਾਡੇ ਨਾਲ ਮੌਜੂਦ ਨੇ ਖੰਨਾ ਹਲਕੇ ਦੇ MLA ਗੁਰਕੀਰਤ ਸਿੰਘ ਕੋਟਲੀ ਜੀ। ਕੋਟਲੀ ਸਾਹਿਬ, ਜਿੱਦਾਂ ਹੁਣ ਪੰਜਾਬ 'ਚ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਔਰ ਸਾਰੀਆਂ ਪਾਰਟੀਆਂ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਨੇ, ਤਾਂ ਖੰਨਾ ਦੇ ਵਿੱਚ ਜਿਹੜਾ ਮਿਊਂਸੀਪਲ ਇਲੈਕਸ਼ਨ ਕਾਂਗਰਸ ਲੜਨ ਜਾ ਰਹੀ ਹੈ, ਉਹਦੇ 'ਚ ਤੁਸੀਂ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ, ਕੀ ਉਹਦੇ ਸੋਚ ਕੇ ਦਿੱਤੀਆਂ ਗਈਆਂ, ਕਿਹੋ ਜਿਹੇ ਕੈਂਡੀਡੇਟ ਲੱਭੇ ਆ? ਕਾਂਗਰਸ ਪਾਰਟੀ ਔਰ PPP ਪਾਰਟੀ ਔਰ ਇੱਕ ਸਾਡੇ ਕਾਮਰੇਡ CPI ਦੇ, ਉਹਨਾਂ ਨਾਲ ਸਾਂਝਾ ਚੋਣ ਗਠਜੋੜ ਕੀਤਾ ਔਰ ਜਿਹਦੇ ਤਹਿਤ ਵਧੀਆ ਉਮੀਦਵਾਰ ਜਿਨ੍ਹਾਂ ਦੀ ਪਾਰਟੀ ਪ੍ਰਤੀ ਇਮਾਨਦਾਰੀ ਵਫਾਦਾਰੀ ਔਰ ਜਿਹੜੇ ਲੋਕਾਂ ਨਾਲ ਜੁੜੇ ਹੋਏ ਨੇ, ਲੋਕਾਂ ਦੀਆਂ ਤਕਲੀਫਾਂ ਜਾਣਦੇ ਨੇ, ਆਪਣੇ ਵਾਰਡ ਦੀਆਂ ਸਮੱਸਿਆਵਾਂ ਤੋਂ ਜਿਹੜੇ ਜਾਣੂ ਨੇ ਔਰ ਜਿਨ੍ਹਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਹੈ, ਜਿਹੜੇ ਆਪਣੇ ਵਿਕਾਸ ਆਪਣੇ ਵਾਰਡ ਦੇ ਵਿੱਚ ਕਰਵਾ ਸਕਦੇ ਨੇ, ਉਹਨਾਂ ਨੂੰ ਕਾਂਗਰਸ ਪਾਰਟੀ ਨੇ ਔਰ ਜਿਹੜਾ ਸਾਡਾ ਸਾਂਝਾ ਗੱਠਜੋੜ ਆ, ਉਹਨੇ ਉਮੀਦਵਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਾਰੇ ਨੇ ਔਰ ਇਹ ਚੋਣਾਂ ਕਾਂਗਰਸ ਪਾਰਟੀ ਵਿਕਾਸ ਦੇ ਨਾਂ 'ਤੇ ਲੜ ਰਹੀ ਹੈ, ਸ਼ਹਿਰ ਦੀ ਤਰੱਕੀ ਔਰ ਖੁਸ਼ਹਾਲੀ ਵਾਸਤੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਔਰ ਪਿੱਛੇ 5 ਸਾਲ ਜੋ ਅਕਾਲੀ ਦਲ BJP ਦੀ ਮਿਊਂਸੀਪਲ ਕਮੇਟੀ ਸੀਗੀ, ਜਿੰਨੀ ਲੁੱਟ ਖਸੁੱਟ, ਜਿੰਨਾ ਭ੍ਰਿਸ਼ਟਾਚਾਰ ਇਹਨਾਂ 5 ਸਾਲਾਂ 'ਚ ਹੋਇਆ, ਉਹ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਜਿਹੜੀ ਸ਼ਹਿਰ ਦੀ ਅੱਜ ਬਰਬਾਦੀ ਹੋਈ ਹੈ, ਜੋ ਸ਼ਹਿਰ ਦੇ ਵਿੱਚ ਗੰਦਗੀ ਫੈਲੀ ਹੋਈ ਹੈ, ਕੋਈ ਸੜਕ ਠੀਕ ਨਹੀਂ, ਕੋਈ ਚੌਂਕ ਨਹੀਂ ਠੀਕ ਔਰ ਕੋਈ ਸੀਵਰੇਜ ਦਾ ਪ੍ਰਬੰਧ ਨਹੀਂ ਕੀਤਾ ਗਿਆ, ਪੀਣ ਵਾਲਾ ਪਾਣੀ ਤੋਂ ਲੋਕ ਦੁਖੀ ਨੇ, ਉਹਨਾਂ ਨੂੰ ਮਿਲ ਨਹੀਂ ਰਿਹਾ ਬੱਸ ਸਟੈਂਡ, ਔਰ ਬੱਸ ਸਟੈਂਡ ਦੀ ਜਿਹੜੀ ਅਪਗ੍ਰੇਡੇਸ਼ਨ ਦੀ ਗੱਲ ਸੀਗੀ, ਅੱਜ 5 ਸਾਲ ਹੋ ਗਏ, ਉੱਥੇ ਦਾ ਉੱਥੇ ਹੀ ਜਿਹੜਾ ਬੱਸ ਸਟੈਂਡ ਜਿਹੜਾ ਸਾਡਾ ਉਹ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਔਰ ਜਿੰਨੇ ਵੀ ਹੋਰ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਮੁੱਖ ਸੰਸਥਾਵਾਂ ਨੇ, ਕਿਤੇ ਵੀ 1 ਰੁਪਈਆ ਸਰਕਾਰ ਵੱਲੋਂ ਨਹੀਂ ਲਾਇਆ ਗਿਆ। ਸੋ ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਆਪਣਾ ਜਿਹੜਾ ਸਾਡਾ ਪੋਜ਼ਿਟਿਵ ਏਜੰਡਾ ਉਹ ਲੈ ਕੇ ਜਾਵਾਂਗੇ ਔਰ ਉਹਦੇ ਨਾਲ ਨਾਲ ਜੋ ਅਕਾਲੀ BJP ਦਾ ਜਿਹੜਾ ਬਹੁਤ ਹੀ ਇੱਕ ਮੈਂ ਸਮਝਦਾ ਕਿ ਨਾ ਪੱਖੀ ਹੁੰਗਾਰਾ, ਉਸ ਨੂੰ ਲੈ ਕੇ ਅਸੀਂ ਲੋਕਾਂ 'ਚ ਜਾਵਾਂਗੇ। ਅੱਛਾ, ਜਿੱਦਾਂ ਤੁਸੀਂ ਦੱਸਿਆ ਵੀ ਕਾਂਗਰਸ PPP ਅਤੇ ਕਮਿਊਨਿਸਟ ਪਾਰਟੀ ਦੇ ਨਾਲ ਮਿਲ ਕੇ ਗੱਠਜੋੜ ਬਣਾ ਕੇ ਇਲੈਕਸ਼ਨ ਲੜ ਰਹੀ ਹੈ, ਤਾਂ ਖੰਨਾ ਜਿੱਦਾਂ 33 ਵਾਰਡ ਹੁਣ ਬਣ ਗਏ ਜੀ, ਤਾਂ ਇਹ ਸੀਟਾਂ ਵੀ ਵੰਡੀਆਂ ਗਈਆਂ ਕੁਛ ਇਹਨਾਂ 'ਚ? ਬਿਲਕੁਲ, 4 ਜਿਹੜੀਆਂ ਸੀਟਾਂ ਨੇ ਉਹ PPP ਪਾਰਟੀ ਨੂੰ ਮਿਲੀਆਂ ਨੇ ਔਰ 1 CPI ਦੀ ਨੂੰ ਛੱਡੀ ਗਈ ਹੈ ਔਰ ਹੋਰ ਸਾਰੀਆਂ 'ਤੇ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਖੜਾ ਕਰ ਰਹੀ ਹੈ। ਕਿਹੜੇ ਕਿਹੜੇ ਵਾਰਡ PPP ਨੂੰ ਦਿੱਤੇ ਜੀ? ਇਹਦੇ ਵਿੱਚ 23 ਨੰਬਰ ਵਾਰਡ ਹੈ, 27, 28 ਹੈ ਔਰ 32 ਨੰਬਰ ਵਾਰਡ। ਅੱਛਾ, ਜਿੱਦਾਂ ਹੁਣ ਇਲੈਕਸ਼ਨ ਦੀ ਕੰਪੇਨ ਚੱਲੇਗੀ, ਕਿਉਂਕਿ ਹਾਲੇ ਤਾਂ ਕਾਗਜ਼ ਭਰਨ ਦੀ ਜਿਹੜੀ ਰਸਮ ਹੈ ਪੂਰੀ ਹੋ ਰਹੀ ਹੈ, ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਆਪਣੇ ਕੈਂਡੀਡੇਟ ਨੇ ਉਹ ਜਦੋਂ ਮੁੱਦੇ ਚੁੱਕਣਗੇ ਇਲੈਕਸ਼ਨ ਦੇ ਵਿੱਚ, ਤਾਂ ਇੱਕ ਜਿੱਦਾਂ ਕਿ ਅਸੀਂ ਦੇਖਦੇ ਆਉਂਦੇ ਹਾਂ ਵੀ ਇੱਕ ਦੂਜੇ ਕੈਂਡੀਡੇਟ ਦੀ ਉੱਤੇ ਕੋਈ ਪਰਸਨਲੀ ਅਟੈਕ ਕਰਨਾ, ਕੋਈ ਇਹੋ ਜਿਹੇ ਗੱਲ ਵੀ ਹੋਣ ਦੀ ਸੰਭਾਵਨਾ ਜਾਂ ਸਿਰਫ ਆਪਣਾ ਹੀ ਆਪਾਂ ਵਿਕਾਸ ਦਾ? ਬਿਲਕੁਲ ਨਹੀਂ, ਅਸੀਂ ਹਮੇਸ਼ਾ ਕਾਂਗਰਸ ਪਾਰਟੀ ਨੇ ਪੋਜ਼ਿਟਿਵ ਏਜੰਡੇ ਨੂੰ ਲੈ ਕੇ ਇਲੈਕਸ਼ਨ ਲੜੀ ਹੈ, ਚਾਹੇ ਉਹ ਵਿਧਾਨ ਸਭਾ ਦੀ ਚੋਣ ਹੋਵੇ, ਚਾਹੇ ਲੋਕ ਸਭਾ ਦੀ ਚੋਣ ਹੋਵੇ, ਚਾਹੇ ਹੁਣ ਮਿਊਂਸੀਪਲ ਕਮੇਟੀ ਦੀ ਚੋਣ ਲੜਨ ਜਾ ਰਹੇ ਹਾਂ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇਹ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਉਮੀਦਵਾਰ 'ਤੇ ਕੋਈ ਪਰਸਨਲ ਅਟੈਕ ਨਹੀਂ ਹੋਣਾ ਚਾਹੀਦਾ, ਉਹਦੇ 'ਤੇ ਕੋਈ ਦੂਸ਼ਣਬਾਜ਼ੀ ਅਗਰ ਲਾਉਂਦਾ ਤਾਂ ਉਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾ ਸਕਦੀ ਹੈ। ਸਾਨੂੰ ਇਹ ਇਲੈਕਸ਼ਨਾਂ ਲੋਕਾਂ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਲੜਨੀ ਚਾਹੀਦੀਆਂ ਨੇ, ਨਾ ਕਿ ਕਿਸੇ ਦੀ ਕੋਈ ਨਿੱਜੀ ਜ਼ਿੰਦਗੀ ਦੇ ਉੱਪਰ, ਨਾ ਕੋਈ ਕਿਸੇ ਦੇ ਉੱਪਰ ਕਿੰਤੂ ਪਰੰਤੂ ਕਰਕੇ ਇਲੈਕਸ਼ਨ ਨਹੀਂ ਲੜੀ ਜਾਂਦੀ। ਹਮੇਸ਼ਾ ਇਲੈਕਸ਼ਨਾਂ ਲੋਕ ਹਿੱਤਾਂ ਨੂੰ ਮੂਹਰੇ ਰੱਖ ਕੇ, ਲੋਕਾਂ ਦੇ ਮਸਲਿਆਂ ਨੂੰ ਮੂਹਰੇ ਰੱਖ ਕੇ, ਵਿਕਾਸ ਨੂੰ ਤਰਜੀਹ ਦੇ ਕੇ ਇਲੈਕਸ਼ਨ ਲੜੀ ਜਾਂਦੀ ਔਰ ਕਾਂਗਰਸ ਪਾਰਟੀ ਇਹ ਕੁਝ ਕਰਨ ਜਾ ਰਹੀ ਹੈ। Thank you.
ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਮਿੰਦਰ ਸਿੰਘ ਲਾਲੀ ਜੀ, ਜਿਹੜੇ ਕਿ ਕਾਂਗਰਸ ਪਾਰਟੀ ਦੇ ਵਾਰਡ ਨੰਬਰ 3 ਤੋਂ ਕਾਂਗਰਸ ਦੇ ਉਮੀਦਵਾਰ ਨੇ। ਅੱਜ ਤੁਸੀਂ ਜਿੱਦਾਂ ਇੱਥੇ ਕਾਗਜ਼ ਭਰੇ ਨੇ, ਤੁਹਾਡੀ ਚੋਣ ਮੁਹਿੰਮ ਸ਼ੁਰੂ ਹੋ ਗਈ ਹੈ, ਕੀ ਕਹਿਣਾ ਚਾਹੋਗੇ? ਮੈਂ ਤਾਂ ਪਹਿਲਾਂ ਸਾਰੇ ਮੇਰੇ ਜਿਹੜੇ ਵੱਡੇ ਛੋਟੇ ਸਾਰੇ ਵੀਰ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ। ਇਹ ਵਿਚਾਰੇ ਮੈਨੂੰ ਸਵੇਰੇ 10 ਵਜੇ ਤੋਂ ਉਡੀਕ ਕਰ ਰਹੇ ਨੇ, ਮੈਂ ਘਰ 12 ਵਜੇ ਪਹੁੰਚਿਆ, ਕੋਈ ਕਾਗਜ਼ਾਂ ਪੱਤਰਾਂ ਦਾ ਕੰਮ ਸੀਗਾ। ਮੈਂ ਇਹਨਾਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਨਾ ਚਾਹੂੰ ਜਿਨ੍ਹਾਂ ਨੇ 2-3 ਘੰਟੇ ਮੇਰੀ ਵੇਟ ਕੀਤੀ। ਇਹ ਸਭ ਮੇਰੇ ਵੱਡੇ ਭਰਾ ਨੇ, ਜਿਵੇਂ ਇਹਨਾਂ ਦਾ ਹੁਕਮ ਇਹਨਾਂ ਦੇ ਮੁਤਾਬਕ ਹੋਊਗਾ। ਸਭ ਤੋਂ ਵੱਡੀ ਸਮੱਸਿਆ ਸਾਡੇ ਰੇਲਵੇ ਲਾਈਨ ਤੋਂ ਉੱਪਰ ਵਾਟਰ ਸਪਲਾਈ ਅਤੇ ਸੀਵਰੇਜ ਦੀ ਆ, ਜਿਹੜੀ ਕਿ ਅੱਜ ਤੱਕ ਕਦੇ ਹੱਲ ਨਹੀਂ ਹੋ ਸਕੀ। ਪਹਿਲਾਂ ਸਾਡੀ ਸਰਕਾਰ ਸੀ ਕਾਂਗਰਸ ਦੀ, ਉਦੋਂ ਮਹਾਰਾਜ ਸਾਹਿਬ ਮੁੱਖ ਮੰਤਰੀ ਸੀਗੇ, ਉਹਨਾਂ ਨੇ 21 ਕਰੋੜ ਦਾ ਪ੍ਰੋਜੈਕਟ ਸੀ ਇਹ, 16 ਕਰੋੜ ਦਾ ਸੀਵਰੇਜ ਦਾ, 5 ਕਰੋੜ ਦਾ ਵਾਟਰ ਸਪਲਾਈ ਦਾ। ਉਹ ਮੈਂ ਇੱਥੇ ਆਫਿਸ ਸੈਟਿੰਗ ਪ੍ਰੈਜੀਡੈਂਟ ਸੀ ਖੰਨੇ, ਉਹ ਖੰਨੇ ਆਏ ਅਤੇ ਮੈਂ ਉਹਨਾਂ ਨੂੰ 2 ਡਿਮਾਂਡਾਂ ਕੀਤੀਆਂ। ਮੈਂ ਕਿਹਾ ਸਰ, ਇੱਕ ਤਾਂ ਸਾਡੇ ਰੇਲਵੇ ਲਾਈਨ ਤੋਂ ਪਹਿਲੇ ਵਾਟਰ ਸਪਲਾਈ ਸੀਵਰ ਹੈ ਨਹੀਂ, ਇੱਕ ਆਰਓ ਵੀ ਹੈ ਨਹੀਂ ਰੇਲਵੇ ਓਵਰਬ੍ਰਿਜ। ਉਹ ਮੈਨੂੰ ਕਹਿੰਦੇ ਬੇਟਾ ਦੋਨਾਂ ਦੇ ਪੈਸੇ ਲੈ ਕੇ ਆਉਂ। ਪਹਿਲਾਂ ਅਸੀਂ ਉਹਨਾਂ ਨੂੰ ਭੇਜਿਆ ਸੀ ਅਤੇ ਉਦੋਂ ਬਾਅਦ ਉਹ ਜਦੋਂ ਆਏ ਖੰਨੇ ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਬੇਟਾ ਤੇਰਾ ਸੀਵਰੇਜ ਵੀ ਲੈ ਆਉਂਦਾ, ਤੇਰਾ ਆਰਓ ਵੀ ਲੈ ਆਉਂਦਾ। ਉਦੋਂ ਬਾਅਦ ਸਰਕਾਰ ਇਲੈਕਸ਼ਨ ਅਨਾਊਂਸ ਹੋ ਗਏ ਤਾਂ ਟੈਂਡਰ ਹੋ ਗਿਆ, ਸਾਰਾ ਕੁਝ ਹੋ ਗਿਆ ਸੀਵਰੇਜ ਦਾ, ਤਾਂ ਇਹਨਾਂ ਦੀ ਸਰਕਾਰ ਬਣ ਗਈ ਅਕਾਲੀ ਬੀਜੇਪੀ ਦੀ। ਇਹਨਾਂ ਨੇ ਉਹ ਸਕੀਮ ਡਰੋਪ ਕਰਤੀ ਜਿਹੜੀ ਕਿ ਹੁਣ 16 ਕਰੋੜ ਵਾਲੀ ਸਕੀਮ 131 ਕਰੋੜ ਦੀ ਹੋ ਗਈ। 131 ਕਰੋੜ ਵੀ ਸੈਂਟਰ ਦੇ ਵਿੱਚ ਅਕਾਲੀ ਕਾਂਗਰਸ ਦੀ ਸਰਕਾਰ ਸੀ, ਤਾਂ ਉਹਨਾਂ ਨੇ ਸਰਦਾਰ ਗੁਰਕ੍ਰੀਤ ਸਿੰਘ ਕੋਟਲੀ ਨੇ, ਜਾਖੜ ਜੀ ਨੇ ਬੜੀ ਮਿਹਨਤ ਸਦਕਾ 131 ਕਰੋੜ ਖੰਨੇ ਵਾਸਤੇ ਲਿਆਂਦਾ ਵਾਟਰ ਸਪਲਾਈ ਅਤੇ ਸੀਵਰੇਜ ਵਾਸਤੇ। ਜਦੋਂ ਇਲੈਕਸ਼ਨ ਆਏ, ਸੁਖਬੀਰ ਬਾਦਲ ਨੇ ਥਾਂ ਥਾਂ ਆ ਕੇ ਢੰਡੋਰਾ ਪਿੱਟਿਆ ਵੀ 131 ਕਰੋੜ ਅਸੀਂ ਲਿਆਂਦਾ, ਅਸੀਂ ਲਿਆਂਦਾ। ਨੀਂਹ ਪੱਥਰ ਵੀ ਰੱਖੇ, ਲਲਹੇੜੀ ਰੋਡ ਦੇ ਪੁਲ 'ਤੇ ਵੀ ਰੱਖਿਆ, ਪਰ ਉਹ ਜਦੋਂ ਇਹਨਾਂ ਦੀ ਫਿਰ ਸਰਕਾਰ ਬਣ ਗਈ ਤਾਂ ਉਹ ਜਿਹੜਾ 131 ਕਰੋੜ ਰੁਪਇਆ ਪਤਾ ਨਹੀਂ ਇਹ ਖਾ ਗਏ, ਪਤਾ ਨਹੀਂ ਵਾਪਸ ਹੋ ਗਿਆ, ਪਤਾ ਨਹੀਂ ਕਿੱਥੇ ਗਿਆ, ਉਹ ਇਹਨਾਂ ਨੂੰ ਪਤਾ, ਕਿਸੇ ਨੂੰ ਪਤਾ ਹੀ ਨਹੀਂ। ਕਹਿੰਦੇ ਮਲੇਸ਼ੀਆ ਦੇ ਜਹਾਜ਼ ਅਤੇ ਪੰਜਾਬ ਦਾ ਵਿਕਾਸ ਕਿਸੇ ਨੂੰ ਲੱਭਿਆ, ਇਹਨੂੰ ਕਿੱਥੇ ਲੱਭਣਾ? ਜੇ ਕਿਸੇ ਨੂੰ ਲੱਭਿਆ ਤਾਂ ਦੱਸੋ, ਉਹ 131 ਕਰੋੜ ਤਾਂ ਲੱਭਣਾ ਹੈ ਨਹੀਂ। ਜੇ ਕਮੇਟੀ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਜੂਗੀ, ਕਾਂਗਰਸ ਆ ਜੂਗੀ, ਤਾਂ ਜਿਹੜੇ ਪ੍ਰੋਪਰਟੀ ਟੈਕਸ ਲੱਗਦੇ ਨੇ, ਹੋਰ ਗੁੰਡਾ ਟੈਕਸ ਲੱਗਦੇ ਨੇ, ਜਿਹੜੇ ਲੋਕਾਂ ਦਾ ਇਹਨਾਂ ਜਿੰਨਾ ਦੁਸ਼ਵਾਰ ਕੀਤਾ ਹੋਇਆ, ਅਤੇ ਉਹ ਤੋਂ ਅਸੀਂ ਰਾਹਤ ਦਵਾਵਾਂਗੇ। ਉਹ ਲੜਾਈ ਲੜਾਂਗੇ ਲੋਕਾਂ ਦੀ ਕਿ ਲੋਕਾਂ ਨੂੰ ਰਾਹਤ ਮਿਲੇ। ਜਿਵੇਂ ਇਹਨਾਂ 'ਤੇ ਟੈਕਸ ਲਾਉਣ ਜਾ ਰਹੇ ਨੇ, ਜਿਹੜੀਆਂ ਲਾਈਟਾਂ ਲੱਗਣੀਆਂ, ਜਿਹੜੀ ਲਾਈਟ ਸਟਰੀਟ ਲਾਈਟ ਲੱਗਣੀ ਆ, ਲੁਧਿਆਣੇ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੇ ਮਤਾ ਪਾਇਆ ਵੀ ਜਿਹੜੀ ਸਟਰੀਟ ਲਾਈਟ ਲੱਗਣੀ ਹੈ, ਇੱਕ ਘਰ ਤੋਂ 200 ਰੁਪਇਆ ਲਿਆ ਜਾਊਗਾ, ਉਹ ਅਸੀਂ ਕਦੇ ਵੀ ਖੰਨੇ 'ਚ ਪੈਣ ਨਹੀਂ ਦੇਵਾਂਗੇ। ਖੰਨੇ ਦੇ ਵਿੱਚ ਪ੍ਰੋਪਰਟੀ ਟੈਕਸ ਦਾ ਸਭ ਤੋਂ ਮੁੱਦਾ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਖੰਨੇ ਕਮੇਟੀ 'ਚ ਉਠਾਇਆ ਗਿਆ, ਅਸੀਂ ਉਹਦਾ ਵਿਰੋਧ ਕੀਤਾ ਵੀ ਇਹ ਪ੍ਰੋਪਰਟੀ ਟੈਕਸ ਨਜਾਇਜ਼ ਹੈ, ਲੋਕਾਂ ਨਾਲ ਧੱਕਾ ਹੈ, ਵੀ ਅਸੀਂ ਇਹ ਨਹੀਂ ਹੋਣ ਦਿੱਤਾ। ਉਹਦੇ ਵਿੱਚ ਅਸੀਂ ਆਵਾਜ਼ ਹਟਾਈ ਅਤੇ ਬੜੀਆਂ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ, ਉਹਦੇ ਬਾਵਜੂਦ ਅਸੀਂ ਜਿਹੜੀਆਂ ਧੱਕੇਸ਼ਾਹੀਆਂ ਕੀਤੀਆਂ, ਸੜਕਾਂ ਦੇ ਪੈਸੇ ਬਣੀਆਂ ਨਹੀਂ ਤਾਂ ਪੈਸੇ ਅਤੇ ਉਹਨਾਂ ਦੇ ਚੈੱਕ ਕੱਟ ਕੇ ਖਾਧੇ ਗਏ। ਉਸ ਚੱਕਰ ਦੇ ਵਿੱਚ ਅਸੀਂ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਪ੍ਰਧਾਨਗੀ ਤੋਂ ਲਾਇਆ, ਸਰਕਾਰ ਇਹਨਾਂ ਦੀ ਸੀ, ਸਾਰਾ ਕੁਝ ਇਹਨਾਂ ਦੀ ਸੀ, ਉਹ ਆਪਣਾ ਅਸਤੀਫਾ ਦੇ ਕੇ ਭੱਜਿਆ। ਜੇ ਉਹ ਅਸਤੀਫਾ ਦੇ ਕੇ ਨਾ ਭੱਜਦਾ ਤਾਂ ਪਰਚਾ ਹੁੰਦਾ, ਮੁੜ ਕੇ ਇਲੈਕਸ਼ਨ ਨਹੀਂ ਸੀ ਲੜ ਸਕਦਾ। ਇਹ ਤੋਂ ਪਤਾ ਲੱਗਦਾ ਵੀ ਇਹ ਕਿੰਨੇ ਕੁ ਲੁਟੇਰੇ ਇਕੱਠੇ ਹੋਏ ਨੇ, ਜਿਹਨਾਂ ਦਾ ਮਕਸਦ ਹੀ ਹੈ ਲੁੱਟਣਾ ਅਤੇ ਸਾਰਾ ਕੁਝ ਵੇਚਣਾ। ਸਾਡੇ ਉੱਥੇ ਪ੍ਰੋਪਰਟੀਆਂ ਵੇਚਣ ਲੱਗੇ, ਸੰਘਾੜੇ ਵਾਲਾ ਟੋਭਾ ਵੇਚਣ ਲੱਗੇ, ਉਹ 'ਤੇ ਅਸੀਂ ਸਟੇਅ ਲਈ ਵੀ ਇਹ ਪ੍ਰੋਪਰਟੀ ਜਿਹੜੀ ਮਿਊਂਸੀਪਲ ਕਮੇਟੀ ਦੀ ਹੈ, ਜੇ ਪ੍ਰੋਪਰਟੀ ਵੇਚਤੀ ਫਿਰ ਆਪਾਂ ਨੂੰ ਇਨਕਮ ਕਿੱਥੋਂ ਹੋਊ? ਪ੍ਰੋਪਰਟੀਆਂ ਨਹੀਂ ਵੇਚਣੀਆਂ ਚਾਹੀਦੀਆਂ। ਜੇ ਇਹ ਰਹੇ ਤਾਂ ਸਾਰਾ ਕੁਝ ਵੇਚ ਜਾਣਗੇ, ਇਕੱਲੇ ਇਕੱਲੇ ਨੂੰ ਆਪਣੇ ਮਕਾਨ ਦੇ ਵਿੱਚ ਕਿਰਾਏਦਾਰ ਬਣਾ ਤਾ ਇਹਨਾਂ ਨੇ। ਅਤੇ ਮੇਰੇ ਮੁਹੱਲੇ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਚੱਲ ਰਿਹਾ, 1 ਏਕੜ ਜਗ੍ਹਾ ਮੇਰੇ ਫਾਦਰ ਸਾਹਿਬ ਨੇ ਮਿਊਂਸੀਪਲ ਕੌਂਸਲ ਨੂੰ ਦਿੱਤੀ ਸੀ, ਜਿੱਥੇ ਵਾਟਰ ਸਪਲਾਈ ਟੈਂਕੀ ਬਣਨੀ ਚਾਹੀਦੀ, ਉਹ ਵੀ ਇਹਨਾਂ ਨੇ ਪਾਤਾ ਵੀ ਇਹਨੂੰ ਵੇਚਣਾ ਚਾਹੀਦਾ। ਉਹਦੀ ਵੀ ਅਸੀਂ ਹਾਈ ਕੋਰਟ ਜਾ ਕੇ ਸੈਕਟਰੀ ਤੋਂ ਸਟੇਅ ਕਰਵਾਈ ਵੀ ਪ੍ਰੋਪਰਟੀ ਨਹੀਂ ਵੇਚਣ ਦੇ। ਇਸ ਕਰਕੇ ਮੈਂ ਚਾਹੁੰਦਾ ਸਾਡੀ ਪਾਰਟੀ ਦਾ ਜਿਹੜਾ ਉਹ ਹੈ ਮੁੱਦਾ, ਉਹ ਕਹਿੰਦੇ ਆ ਵੀ ਡਿਵੈਲਪਮੈਂਟ ਕਰੋ, ਸਾਧਨ ਜੁਟਾਓ, ਅਤੇ ਉਹਦੇ ਪੈਸੇ ਦੇ ਸਾਧਨ ਜੁਟਾਓ, ਡਿਵੈਲਪਮੈਂਟ ਕਰੋ, ਇਹ ਨਹੀਂ ਵੀ ਲੋਕਾਂ ਨੂੰ ਲੁੱਟੋ। ਜਿਵੇਂ ਹੁਣ ਜਦੋਂ ਪਹਿਲਾਂ ਸਾਡੀ ਸਰਕਾਰ ਸੀ, 45 ਏਕੜ ਜ਼ਮੀਨ ਖੰਨੇ ਦੇ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਵਾਸਤੇ ਸੋਰੀ ਲੈ ਕੇ ਦਿੱਤੀ, ਮਹਾਰਾਜ ਸਾਹਿਬ ਮੁੱਖ ਮੰਤਰੀ ਸੀ, ਇਹਨਾਂ ਨੇ ਤਾਂ ਸਾਰੀ ਵੇਚ ਦੇਣੀ ਆ। ਹੁਣ ਇਹਨਾਂ ਨੇ ਉੱਥੇ ਸਾਡੇ ਬਗੌਲ ਸੀਗੀ 15 ਏਕੜ ਜ਼ਮੀਨ, ਉਹ ਵੀ ਪਿੱਛੇ ਵੇਚਣ ਵਾਸਤੇ ਕੀਤਾ, ਉਹਦੇ ਵਾਸਤੇ ਵੀ ਸਾਨੂੰ ਮਜਬੂਰ ਹੋ ਕੇ ਹਾਈ ਕੋਰਟ ਜਾਣਾ ਪਿਆ ਵੀ ਇਹ ਪ੍ਰੋਪਰਟੀ ਨਹੀਂ ਵੇਚਣ ਦੇਣੀ ਆ। ਇਹ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਰਾਹੀਂ, ਸਾਰੇ ਮੀਡੀਆ ਰਾਹੀਂ, ਸਾਰੇ ਪੰਜਾਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਬੀਜੇਪੀ ਅਤੇ ਅਕਾਲੀ ਦੋਵੇਂ ਲੜੇ ਹੋਏ ਨੇ। ਹੁਣ 8 ਸਾਲ ਪਹਿਲਾਂ ਇਕੱਠੇ ਸੀਗੇ, ਹੁਣ ਇੱਕ ਦੂਜੇ ਨੂੰ ਕਹੀ ਜਾਂਦੇ ਆ ਵੀ ਤੂੰ ਉਹ ਲੁੱਟ ਗਿਆ, ਉਹ ਲੁੱਟ ਗਿਆ। ਬਾਦਲ ਸਾਹਿਬ ਦਾ ਤੁਸੀਂ ਕੱਲ੍ਹ ਪਰਸੋਂ ਤੁਸੀਂ ਦੇਖਿਆ ਹੋਣਾ, ਤੁਹਾਡਾ ਮੀਡੀਆ ਤੁਹਾਡੇ ਕੋਲ ਤਾਂ ਪਹਿਲਾਂ ਹੁੰਦੇ, ਤੁਹਾਡੇ ਰਾਹੀਂ ਸਾਨੂੰ ਪਤਾ ਲੱਗਦਾ। ਸੁਖਬੀਰ ਸਿੰਘ ਬਾਦਲ ਇੱਕ ਉੱਥੇ ਬਿਆਨ ਦੇ ਰਿਹਾ ਸੀ, ਕਹਿੰਦਾ ਵੀ ਹੁਣ ਐਸੀਆਂ ਸੜਕਾਂ ਬਣਾਵਾਂਗੇ, ਕਹਿੰਦਾ 20 ਸਾਲ
40 ਸਾਲ ਨਹੀਂ ਕਹਿੰਦਾ ਟੁੱਟਣੀਆਂ, ਕਹਿੰਦਾ ਹੁਣ ਬਣਾਉਣੀਆਂ ਅਸੀਂ ਸੀਮੈਂਟ ਦੀਆਂ, ਕਹਿੰਦਾ ਬੰਬ ਮਾਰੋਗੇ ਤਾਂ ਵੀ ਨਹੀਂ ਟੁੱਟਣੀਆਂ। ਕੈਸੀਆਂ ਬੇਤੁਕੀਆਂ ਗੱਲਾਂ ਇਹ, ਇਹ ਗੱਲਾਂ ਤਾਂ ਲੋਕਾਂ ਨੂੰ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਹਦਾ ਕੋਈ ਫਾਇਦਾ ਨਹੀਂ, ਇਹ ਸਾਨੂੰ ਲੋਕ ਲੁਭਾਊ ਵਾਅਦੇ ਕਰਦੇ ਨੇ। ਫਿਰ ਕਹਿੰਦਾ ਗਡਕਰੀ ਸਾਹਿਬ ਬਾਹਰ ਗਏ ਸੀ, ਕਹਿੰਦਾ ਉੱਥੇ ਉਹ ਕਹਿੰਦੇ ਵੀ ਅਸੀਂ ਪੁਲ ਬਣਾਵਾਂਗੇ, ਨਹਿਰਾਂ ਦੇ ਉੱਤੇ ਪੁਲ ਬਣਾ ਕੇ ਉੱਥੇ ਕਿਸ਼ਤੀਆਂ ਚਲਾਵਾਂਗੇ, ਅਤੇ ਉੱਥੇ ਕਹਿੰਦਾ ਨਾਲੇ ਤੁਸੀਂ ਕਿਸ਼ਤੀ 'ਚ ਜਾਇਓ, ਨਾਲੇ ਕਹਿੰਦਾ ਮੱਛੀਆਂ ਫੜਦੇ ਜਾਇਓ। ਡਿਪਟੀ CM ਹੈ, ਇਹ ਕੋਈ ਉਹਦੇ ਬਿਆਨ ਨੇ। ਅਤੇ ਲੋਕ ਪਿੱਛੋਂ ਤੁਸੀਂ ਦੇਖਿਆ ਹੋਣਾ ਸੁਖਬੀਰ ਬਾਦਲ ਅਤੇ ਜਸੋਰ ਦੇ ਪਹਿਰਾ ਦਿਆ ਗਿਆ ਠੋਕ ਕੇ, ਐਸੇ ਵਿਚਾਰੇ ਭੋਲੀ ਜਨਤਾ ਜਿਹੜੀ ਮਗਰ ਲੱਗ ਜਾਂਦੀ, ਉਹਨੂੰ ਪਤਾ ਹੀ ਨਹੀਂ ਵੀ ਆਪਾਂ ਨੂੰ ਕਿੱਧਰ ਜਾ ਰਹੇ ਹਾਂ। ਅਤੇ ਫਿਰ ਉਹ ਕਹਿੰਦੇ ਵੀ ਸੁਖਬੀਰ ਬਾਦਲ ਜੀ ਕਹਿੰਦੇ ਵੀ ਗਡਕਰੀ ਸਾਹਿਬ ਉੱਥੇ ਗਏ ਸੀ ਬਾਹਰ, ਉਹ ਕਹਿੰਦੇ ਵੀ ਉੱਥੇ ਬੱਸਾਂ ਨੇ ਜਿਹੜੀਆਂ ਉਹ ਪਾਣੀ 'ਚ ਵੀ ਚੱਲਦੀਆਂ ਅਤੇ ਸੜਕ 'ਤੇ ਵੀ ਚੱਲਦੀਆਂ। ਕਹਿੰਦੇ ਗਿੱਦੜ ਵਾਹੇ ਪਾ ਲਿਓ, ਮਲੋਟ ਆ ਕੇ ਫੇਰ ਪਾਣੀ 'ਚ ਪਾ ਲਿਓ, ਕਹਿੰਦੇ ਮਲੋਟ ਆ ਕੇ ਫੇਰ ਸੜਕ 'ਤੇ ਪਾ ਲਿਓ। ਕਹਿੰਦੇ ਗਡਕਰੀ ਸਾਹਿਬ ਨੇ ਉਹ ਚਲਾਈ ਹੈ, ਕਹਿੰਦੇ ਮੈਂ ਵੀ ਵਿੱਚ ਸਫ਼ਰ ਕੀਤਾ, ਮੈਂ ਉੱਥੇ ਘੁੰਮਣ ਗਿਆ। ਐਸੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ, ਉਹਨਾਂ ਨੂੰ ਕਹੋ ਜੋ ਮਰਜ਼ੀ ਚਲਾਓ, ਜਹਾਜ਼ ਲਾ ਲਓ ਪਾਣੀ 'ਤੇ, ਜੋ ਮਰਜ਼ੀ ਕਰ ਲਓ, ਲੋਕਾਂ ਲੋਕ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ। ਲੋਕ ਸੁਚੇਤ ਹੋ ਗਏ, ਲੋਕ ਇਹਨਾਂ ਨੂੰ ਮੁੱਦੇ ਮੂੰਹ ਮਾਰਨਗੇ ਪੰਜਾਬ ਦੇ ਵਿੱਚ, ਅਤੇ ਬਸ ਹੁਣ ਇਹਨਾਂ ਦਾ ਸਮਝ ਲਓ ਸਫਾਇਆ ਹੋਊਗਾ। ਜੇ ਲੋਕਾਂ ਨੇ ਰਾਹਤ ਲੈਣੀ ਆ ਅਤੇ ਪੰਜਾਬ ਬਚਾਉਣਾ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਇਹ ਕੰਮ ਕਰਨਾ ਪਊਗਾ। ਇਹ ਮੇਰੇ ਇਕੱਲੇ ਨਾਲ ਨਹੀਂ, ਤੁਹਾਡੇ ਇਕੱਲੇ ਨਾਲ ਨਹੀਂ, ਸਾਰਿਆਂ ਦੇ ਸਹਿਯੋਗ ਨਾਲ ਹੋਣਾ। ਜੇ ਤੁਸੀਂ ਇੱਕ ਵੋਟ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਜਿਹੜਾ ਝੁੱਗੀ ਦੇ ਵਿੱਚ ਰਹਿੰਦਾ ਉਹਦੀ ਵੈਲਿਊ ਉੰਨੀ ਆ, ਇੱਕ ਅਰਬਪਤੀ ਹੈ ਉਹਦੀ ਵੈਲਿਊ ਇੰਨੀ ਆ, ਵੋਟ ਦੀ ਆਪਾਂ ਨੂੰ ਪਛਾਣਨੀ ਪਊ ਵੀ ਆਪਣੀ ਕੀ ਪਾਵਰ ਹੈ। ਪਾਵਰ ਜਿਹੜਾ ਮਹਿਲ ਦੇ ਵਿੱਚ ਰਹਿੰਦਾ ਉਹਦੀ ਇੱਕ ਵੋਟ ਹੈ, ਉਹਦੀ ਵੀ ਉੰਨੀ ਪਾਵਰ ਹੈ, ਜਿਹੜਾ ਵਿਚਾਰਾ ਝੁੱਗੀ 'ਤੇ ਰਹਿੰਦਾ ਉਹਦੀ ਵੀ ਇੱਕ ਪਾਵਰ ਹੈ, ਆਪਣੀ ਪਾਵਰ ਵਰਤਣੀ ਪਊ ਅਤੇ ਸਰਕਾਰ ਨੂੰ ਮੁੱਦਾ ਮਾਰਨਾ ਪਊ। ਜੇ ਆਪਾਂ ਪੰਜਾਬ ਬਚਾਉਣਾ ਸਾਰਿਆਂ ਨੇ ਸਹਿਯੋਗ ਦੇਣਾ ਪਊ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਾਰੇ ਸ਼ਹਿਰ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਗੱਲ ਦਾ ਪਤਾ, ਸਾਰੇ ਪੰਜਾਬ ਵਾਸੀਆਂ ਨੂੰ ਹੁਣ ਸਾਰੇ ਗੱਲ ਦਾ ਪਤਾ ਲੱਗ ਚੁੱਕਿਆ। ਮੈਨੂੰ ਉਮੀਦ ਹੈ ਵੀ ਆਉਣ ਵਾਲੀ ਪੰਜਾਬ ਦੇ ਵਿੱਚ 123 ਮਿਊਂਸਪਲ ਕੌਂਸਲਾਂ ਦੇ ਇਲੈਕਸ਼ਨ ਹੋ ਰਹੇ ਨੇ, ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਕਾਂਗਰਸ ਇੱਥੇ ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਮਿਊਂਸਪੈਲਿਟੀਆਂ ਬਣਨਗੀਆਂ। ਬਸ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਅਤੇ ਤੁਸੀਂ ਤੁਹਾਡਾ ਵੀ ਧੰਨਵਾਦ ਕਰਦਾ ਜੀ ਛਾਬੜਾ ਜੀ, ਅਤੇ ਤੁਸੀਂ ਲੋਕਾਂ ਨੂੰ ਇਹ ਸਾਡਾ ਜਿਹੜੀ ਆ ਵੀਡੀਓ ਦਿਖਾਓਗੇ ਅਤੇ ਲੋਕਾਂ ਨੂੰ ਪਤਾ ਲੱਗੂ। ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰੇ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਨਹੀਂ।